ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਤੇ ਲਹਿਰਾ ਗਾਗਾ ਤੋਂ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿੱਥੇ ਪਰਮਿੰਦਰ ਸਿੰਘ ਢੀਂਡਸਾ ਨੇ ਭਾਜਪਾ ਤੇ ਤਿੱਖੇ ਸ਼ਬਦੀ ਹਮਲੇ ਕੀਤੇ, ਉੱਥੇ ਹੀ ਉਹਨਾਂ ਕਿਹਾ ਕਿ ਅਕਾਲੀ ਦਲ ਡੈਮੋਕਰੇਟਿਕ ਦਾ ਭਾਜਪਾ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਵਿੱਚ ਬਦਲਾਵ ਹੋਵੇ, ਇਸ ਲਈ ਲੋਕ ਅਕਾਲੀ ਦਲ ਡੈਮੋਕਰੇਟਿਕ ਨਾਲ ਜੁੜੇ ਰਹੇ ਨੇ। ਐਸਜੀਪੀਸੀ ਚੋਣਾਂ ਦੇ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਐਸਜੀਪੀਸੀ ਨੂੰ ਬਾਦਲਾਂ ਦੇ ਗਲਵੇ ਤੋਂ ਦੂਰ ਕਰਨਾ ਉਹਨਾਂ ਦੀ ਪਹਿਲ ਹੈ। ਨਾਲ ਹੀ ਉਹਨਾਂ ਨੇ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਬਾਰੇ ਵੀ ਆਪਣਾ ਪ੍ਰਤੀਕਰਮ ਦਿੱਤਾ। ਅਸੀਂ ਸਾਰਿਆਂ ਨਾਲ ਰਲ ਕੇ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੂੰ ਬਾਦਲ ਦਲ ਤੋਂ ਮੁਕਤ ਕਰਾਉਣ ਲਈ ਮੁਹਿੰਮ ਵਿੱਢੀ ਹੈ। ਸਾਰੇ ਜਿਹੜੇ ਲੋਕ ਪੰਜਾਬ ਦੇ ਚਾਹੁੰਦੇ ਨੇ, ਵੈਸੇ ਤਾਂ ਸਿੱਖ ਸਾਰੀ ਦੁਨੀਆ ਵਿੱਚ ਹੀ ਚਾਹੁੰਦੇ ਨੇ ਵੀ ਸ਼੍ਰੋਮਣੀ ਕਮੇਟੀ ਦਾ ਜੋ ਪ੍ਰਬੰਧ ਹੈ ਉਹ ਸਹੀ ਢੰਗ ਨਾਲ ਕੀਤਾ ਜਾਵੇ, ਕਿਉਂਕਿ ਹੁਣ ਤੱਕ ਜੋ ਪ੍ਰਬੰਧ ਦੇ ਵਿੱਚ ਊਣਤ ਆਈਆਂ ਨੇ, ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਕਰਪਸ਼ਨ ਦੀਆਂ ਐਲੀਗੇਸ਼ਨਾਂ ਲੱਗ ਰਹੀਆਂ ਨੇ ਅਤੇ ਹੋਰ ਫੰਕਸ਼ਨਿੰਗ ਦੇ ਵਿੱਚ ਜੋ ਕਮੀਆਂ ਨੇ ਉਹ ਸਾਰੀਆਂ ਹੁਣ ਜਗ ਜ਼ਾਹਰ ਨੇ। ਉਹਦੇ ਵਿੱਚ ਸੁਧਾਰ ਲਿਆਉਣਾ, ਉਹਦੇ ਵਿੱਚ ਪਾਰਦਰਸ਼ਤਾ ਲਿਆਉਣੀ, ਇਹ ਸਾਡਾ ਨਿਸ਼ਾਨਾ ਹੋਏਗਾ ਅਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਨਵਾਂ ਪ੍ਰਬੰਧ ਲਿਆਇਆ ਜਾਵੇ। ਉਹਦੇ ਵਾਸਤੇ ਉਸ ਲਈ ਅਸੀਂ ਸਾਰੇ ਇਕੱਠੇ ਢੀਂਡਸਾ ਸਾਹਿਬ ਅਤੇ ਹੋਰ ਜਿਹੜੇ ਸਾਰੇ ਸੀਨੀਅਰ ਲੀਡਰ ਨੇ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਅਤੇ ਉਹ ਇਕੱਠੇ ਹੋ ਕੇ ਉਹਨਾਂ ਨੇ ਇੱਕ ਪੰਥਕ ਫਰੰਟ ਦੇ ਰੂਪ 'ਚ ਜਿਹੜਾ ਉਹ ਚੋਣ ਲੜਨਗੇ ਅਤੇ ਕਿਸੇ ਦਾ ਕੋਈ ਆਪਦਾ ਨਿੱਜੀ ਮਫਾਦ ਨਹੀਂ ਹੋਇਆ, ਕਿਉਂਕਿ ਜਿਹੜੇ ਸੀਨੀਅਰ ਨੇ ਸਭ ਨੇ ਕਿਹਾ ਵੀ ਅਸੀਂ ਖੁਦ ਚੋਣ ਨਹੀਂ ਲੜਨੀ ਕਿਸੇ ਨੇ, ਪਰ ਅਸੀਂ ਚੰਗੇ ਲੋਕਾਂ ਨੂੰ ਜ਼ਰੂਰ ਮੂਹਰੇ ਲਿਆਉਣਾ ਚਾਹੁੰਦੇ ਹਾਂ ਜਿਹੜੇ ਪੰਥਕ ਜਿਹੜੀਆਂ ਸਫਾਂ ਦੇ ਵਿੱਚ ਰਹਿ ਕੇ ਇੱਕ ਧਾਰਮਿਕ ਸੇਵਾ ਜਿਹੜੀ ਹੈ ਸਹੀ ਢੰਗ ਨਾਲ ਕਰ ਸਕਣ। ਇੱਕ ਬੀਜੀ ਦੀ ਤਾਂ ਘਬਰਾਹਟ ਦੀ ਨਿਸ਼ਾਨੀ ਹੈ, ਮੈਨੂੰ ਇਸ 'ਚ ਕੋਈ ਦੁਆਰਾ ਨਹੀਂ। ਅਸੀਂ ਤਾਂ ਅੱਜ ਵੀ ਅਕਾਲੀ ਦਲ 'ਚ ਹੀ ਹਾਂ। ਅਕਾਲੀ ਦਲ ਕੀ ਹੈ? ਅਕਾਲੀ ਦਲ ਇੱਕ ਸੋਚ ਹੈ, ਵਿਚਾਰਧਾਰਾ ਹੈ, ਅਸੀਂ ਅੱਜ ਉਹਦੇ 'ਤੇ ਖੜ੍ਹੇ ਹਾਂ। ਹਾਂ, ਸਾਡੀ ਜੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਨੀਤੀਆਂ, ਉਹਨਾਂ ਦਾ ਜਿਸ ਤਰੀਕੇ ਨਾਲ ਪਾਰਟੀ ਚਲਾਈ ਹੈ ਉਹਦੇ ਨਾਲ ਜੇ ਮਤਭੇਦ ਨੇ ਹੋਣ, ਉਹਦਾ ਮਤਲਬ ਇਹ ਨਹੀਂ ਸੀ ਅਸੀਂ ਅਕਾਲੀ ਨਹੀਂ ਰਹੇ, ਤਾਂ ਹੀ ਅਸੀਂ ਅਕਾਲੀ ਦਲ ਡੈਮੋਕਰੇਟਿਕ ਬਣਾਈ ਹੈ। ਦੂਜੀ, ਕੈਂਡੀਡੇਟ ਤਾਂ ਅਕਾਲੀ ਦਲ ਨੇ ਤਕਰੀਬਨ 95 ਤੋਂ ਵੱਧ 97 ਕੈਂਡੀਡੇਟ ਖੜ੍ਹੇ ਕੀਤੇ ਸੀਗੇ ਅਤੇ ਜਿੱਤੇ ਕਿੰਨੇ ਉਹਨਾਂ 'ਚੋਂ? ਅਤੇ ਉਹਨਾਂ ਵਿੱਚ ਵੀ ਸਭ ਤੋਂ ਵੱਧ ਜੇ ਲੀਡ ਨਾਲ ਜਿੱਤੇ ਮੈਂ ਜਿੱਤੇ ਹਾਂ। ਸੋ ਉਹ 'ਚ ਇਕੱਲੀ ਪਾਰਟੀ ਨਹੀਂ, ਮੈਂ ਸਮਝਦਾ ਲੋਕਾਂ ਦਾ ਪਿਆਰ ਸੀਗਾ ਜਿਹਦੇ ਕਰ ਜਿੱਤੇ ਹਾਂ, ਅਤੇ ਮੈਂ ਜੇ ਕੋਈ ਫੈਸਲਾ ਲਾਂਗਾ ਜੇ ਮੇਰੇ ਇਲਾਕੇ ਦੇ ਲੋਕ ਮੈਨੂੰ ਕਹਿਣਗੇ ਵੀ ਤੁਸੀਂ ਅਸਤੀਫਾ ਦਿਓ ਦੁਬਾਰੇ ਉਹ ਕਰੋ, ਤਾਂ ਮੈਂ ਬਿਲਕੁਲ ਤਿਆਰ ਹਾਂ। ਪਹਿਲੀ ਗੱਲ ਤਾਂ ਕਿਸੇ ਨੂੰ ਵੀ ਲੋਕਤੰਤਰ ਦੇ ਵਿੱਚ ਐਡਾ ਵੱਡਾ ਗਰੂਰ ਨਹੀਂ ਕਰਨਾ ਚਾਹੀਦਾ। ਤੁਸੀਂ ਦੇਖੋ 40 ਸੀਟਾਂ ਦਾ 1000 ਵੋਟਾਂ ਤੋਂ ਥੱਲੇ ਫਰਕ ਨਾਲ ਫੈਸਲਾ ਹੋਇਆ, ਅਤੇ ਫਿਰ ਉਸਦਾ ਮਤਲਬ ਤਾਂ ਇਹੀ ਸੀ ਨਾ ਵੀ ਬੜੀ ਇੱਕ ਕਲੋਜ਼ਲੀ ਫੌਟ ਇਲੈਕਸ਼ਨ ਸੀ ਇਹ, ਅਤੇ ਲੋਕਾਂ ਨੇ ਆਪਦਾ ਕਿਤੇ ਨਾ ਕਿਤੇ ਗੁੱਸਾ ਵੀ ਕੱਢਿਆ, ਜਿਹੜਾ ਲੋਕਾਂ ਨੂੰ ਜਦ ਲੋਕਡਾਊਨ ਹੋਇਆ, ਜਿਹੜੇ ਗਰੀਬ ਸੀਗੇ ਜਿਨ੍ਹਾਂ ਨੂੰ ਵਾਪਸ ਜਾਣਾ ਪਿਆ, ਜਿਨ੍ਹਾਂ ਨੂੰ ਤਕਲੀਫਾਂ ਝੱਲਣੀਆਂ ਪਈਆਂ, ਕਿਸਾਨੀ ਜਿਹੜੇ ਕਿਸਾਨ ਸੀ ਉਹ ਵੀ ਦੁਖੀ ਹੋਏ, ਤਾਂ ਹੀ ਜਿਹੜਾ ਇੰਨਾ ਜ਼ਿਆਦਾ ਵੋਟ ਬੀਜੇਪੀ ਅਤੇ NDA ਦੀ ਘਟਣ ਦਾ ਕਾਰਨ, ਇੱਕ ਸਾਲ ਦੇ ਵਿੱਚ ਐਡਾ ਵੱਡਾ ਵੋਟਾਂ ਦਾ ਫਰਕ ਪੈ ਜਾਣਾ, ਇਹ ਇਸੇ ਕਾਰਨ ਹੈ ਵੀ ਲੋਕਾਂ ਦੀ ਨਿਰਾਸ਼ਤਾ ਵੱਧਦੀ ਜਾ ਰਹੀ ਹੈ, ਅਤੇ ਜੇ ਇੱਕ ਸਾਲ ਦੇ ਵਿੱਚ ਇਹ ਹਾਲ ਹੋ ਗਿਆ ਤਾਂ ਅਗਲੇ 4 ਸਾਲਾਂ 'ਚ ਕੀ ਹੋਏਗਾ? ਸੋ ਮੇਰਾ ਮੰਨਣਾ ਇਹ ਹੈ ਵੀ ਇਹ ਬੀਜੇਪੀ ਦੀ ਅਖਲਾਕੀ ਜਿੱਤ ਨਹੀਂ ਹੋਈ, ਸਮਾਂ ਅਖਲਾਕੀ ਹਾਰ ਹੋਈ। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ ਦੀ ਬਿਹਾਰ ਜਿੱਤ ਬਹੁਤ ਵੱਡੀ ਜਿੱਤ ਨਹੀਂ, ਜ਼ਿਆਦਾਤਰ ਉਮੀਦਵਾਰ 1000 ਦੇ ਲਗਭਗ ਵੋਟਾਂ ਦੇ ਫਰਕ ਨਾਲ ਹੀ ਜਿੱਤੇ ਨੇ। ਉਹਨਾਂ ਕਿਹਾ ਕਿ ਬਿਹਾਰ ਵਿੱਚ ਮਾਮੂਲੀ ਜਿੱਤ ਭਾਜਪਾ ਨੂੰ ਸੋਚਣ ਲਈ ਮਜਬੂਰ ਕਰੇਗੀ। ਬਿਊਰੋ ਰਿਪੋਰਟ, ਸਕਾਈ ਨਿਊਜ਼, ਪੰਜਾਬ।